ਫਾਗਵਾੜਾ ਸ਼ਹਿਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਖੇਤੀਬਾੜੀ ਅਫਸਰ ਪਰਮਜੀਤ ਦੀ ਦੇਖਰੇਖ ਵਿੱਚ ਫਗਵਾੜਾ ਦੇ ਨੇੜਲੇ ਪਿੰਡ ਪਲਾਈ ਵਿਖੇ ਇੱਕ ਕੈਂਪ ਲਗਾਇਆ ਗਿਆ। ਇਸ ਮੌਕੇ ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਕਿਸਾਨਾਂ ਨਾਲ ਵਿਚਾਰ ਚਰਚਾਵਾਂ ਕੀਤੀਆਂ ਗਈਆਂ। ਕੈਂਪ ਦੌਰਾਨ ਖੇਤੀਬਾੜੀ ਅਫਸਰ ਪਰਮਜੀਤ ਨੇ ਕਿਸਾਨਾਂ ਨੂੰ ਸਿੱਧੀ ਬਿਜਾਈ ਕਰਨ ਬਾਰੇ ਵਿਸਤਾਰ ਰੂਪ ਵਿੱਚ ਜਾਣਕਾਰੀ ਦਿੱਤੀ ਅਤੇ ਕੈਂਪ ਵਿੱਚ ਫਗਵਾੜਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਕਪੂਥਲਾ ਦੇ ਜੁਆਇੰਟ ਸੈਕਟਰੀ ਡਾਕਟਰ ਜਤਿੰਦਰ ਸਿੰਘ ਪਰਹਾਰ ਅਤੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਜ਼ਿਲ੍ਹਾ ਕਪੂਥਲਾ ਦੇ ਯੂਥ ਪ੍ਰਧਾਨ ਤਵਿੰਦਰ ਰਾਮ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਆ। ਇਸ ਮੌਕੇ ਕਿਸਾਨਾਂ ਵੱਲੋਂ ਆਪ ਆਗੂਆਂ ਨੂੰ ਆਪਣੀਆਂ ਮੁਸ਼ਕਲਾਂ ਵੀ ਸੁਣਾਈਆਂ ਗਈਆਂ ਅਤੇ ਆਪ ਆਗੂਆਂ ਵੱਲੋਂ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਜਲਦ ਹੱਲ ਕਰਵਾਉਣ ਦਾ ਭਰੋਸਾ ਵੀ ਦਿੱਤਾ। ਫਗਵਾੜਾ ਨਿਊਜ਼ ਟੀਵੀ ਤੋਂ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ। ਅੱਜ ਫਗਵਾੜਾ ਸ਼ਹਿਰ ਦੇ ਪਿੰਡ ਪਲਾਹੀ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੇ ਉੱਤੇ ਪੰਜਾਬ ਗੌਰਮੈਂਟ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਅਤੇ ਜ਼ਿਲ੍ਹਾ ਟੀਮਾਂ ਨੂੰ ਜੋ ਨਿਰਦੇਸ਼ ਦਿੱਤੇ ਸੀਗੇ ਉਹਦੇ ਵਿੱਚ ਗੁਰਪਾਲ ਸਿੰਘ ਇੰਡੀਅਨ ਅਤੇ ਜਨਰਲ ਸੈਕਟਰੀ ਨਿਰਮਲ ਸਿੰਘ ਹੁਣਾਂ ਵੱਲੋਂ ਹਦਾਇਤਾਂ ਦੇ ਮੁਤਾਬਕ ਮੈਂ ਡਿਸਟ੍ਰਿਕਟ ਜੁਆਇੰਟ ਸੈਕਟਰੀ ਕਪੂਥਲਾ ਡਾਕਟਰ ਜਤਿੰਦਰ ਸਿੰਘ ਇੱਥੇ ਪਲਾਹੀ ਪਿੰਡ ਦੇ ਵਿੱਚ ਆਈਟੀਆਈ ਕਾਲਜ ਦੇ ਵਿੱਚ ਕਿਸਾਨਾਂ ਨੂੰ ਸਿੱਧੀ ਬਿਜਾਈ ਦੇ ਪ੍ਰੇਰਿਤ ਕਰਨ ਲਈ ਅਸੀਂ ਆਏ ਹਾਂ ਔਰ ਪ੍ਰੇਰਿਤ ਵੀ ਕੀਤਾ ਗਿਆ ਹੈ ਅਤੇ ਕਿਸਾਨਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ। ਉਹਨਾਂ ਵੱਲੋਂ ਕਾਫੀ ਮੁਸ਼ਕਲਾਂ ਦਾ ਮੇਨ ਇਹੀ ਗੱਲ ਕਹੀ ਹੈ ਕਿ ਅਸੀਂ ਇਹਦੇ ਵੱਲ ਕੱਲ੍ਹ ਹੀ ਤੁਰੇ ਹਾਂ। ਉਹਨਾਂ ਨੇ ਮੇਨ ਮੁੱਦਾ ਤਾਂ ਇਹ ਚੱਕਿਆ ਕਿ ਜਿਹੜਾ ਸਾਡਾ ਇੱਥੇ ਕਿਸਾਨ ਇਹਦੇ ਮਿੱਲ ਹੋਣ ਦੇ ਬਾਵਜੂਦ ਖੰਡ ਮਿੱਲ ਹੋਣ ਦੇ ਬਾਵਜੂਦ ਗੰਨੇ ਦੀ ਕਾਸ਼ਤ ਘਟੀ ਹੈ, ਉਹਦਾ ਕਾਰਨ ਹੈ ਕਿ ਮਿੱਲ ਵੱਲੋਂ ਸਾਨੂੰ ਪੂਰੇ ਪੈਸੇ ਨਾ ਦਿੱਤੇ ਜਾਣ ਔਰ ਪੈਸਾ 73 ਕਰੋੜ ਰੁਪਇਆ ਹੁਣ ਵੀ ਰੋਕਿਆ ਗਿਆ ਹੋਇਆ ਕਿ ਇਹਦੇ ਵਿੱਚ ਗੌਰਮੈਂਟ ਸਾਡੀ ਪੈਸਾ ਦਊਗੀ, ਕਿਸਾਨ ਐਟੋਮੈਟਿਕ ਗੰਨਾ ਲਾਊਗਾ, ਝੋਨੇ ਵੱਲੋਂ ਘਟੇਗਾ। ਜਦੋਂ ਪੈਸਾ ਨਹੀਂ ਮਿਲਦਾ, ਕਿਸਾਨਾਂ ਦਾ ਪੈਸਾ ਰੁਕਿਆ ਆ ਮਿੱਲ ਦੇ ਵਿੱਚ, ਉੱਤੇ ਕੋਈ ਕਾਰਵਾਈ ਨਹੀਂ ਹੁੰਦੀ। ਜੇ ਕੋਈ ਬੰਦਾ ਪੈਸਾ ਲੈ ਕੇ ਫਰੋਡ ਕਰਦਾ, ਗੌਰਮੈਂਟ ਉੱਤੇ ਕਾਰਵਾਈ ਕਰਦੀ ਆ, ਪਰ ਮਿੱਲ ਵੱਲੋਂ ਪੈਸਾ ਨਾ ਦੇਣਗੇ, ਧਰਨੇ ਲਾ ਕੇ ਕਿਸਾਨ ਦੁਖੀ ਹੋ ਕੇ ਚੱਲਦੇ ਤਾਂ ਉਹ ਫਿਰ ਮੁੜ ਕੇ ਉਸੇ ਝੋਨੇ ਦੇ ਉੱਤੇ ਆਉਂਦਾ ਹੈ। ਅਸੀਂ ਉਹਨਾਂ ਦੀ ਇਸ ਗੱਲ ਨਾਲ ਵੀ ਸਹਿਮਤ ਹਾਂ। ਜਦੋਂ ਜੇ ਗੌਰਮੈਂਟ ਇੱਥੇ ਥੋੜ੍ਹਾ ਐਕਸ਼ਨ ਲਵੇ, ਅਸੀਂ ਉਹ ਗੌਰਮੈਂਟ ਨੂੰ ਹਿਦਾਇਤ ਕਰਾਂਗੇ ਕਿ ਇਸ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਵੇ ਕਿ ਜਿਹੜਾ ਕਿਸਾਨ ਦਾ ਗੰਨੇ ਦੀ ਆ ਜਿਹੜਾ ਪੈਸਾ ਟਾਈਮ ਸਿਰ ਦਿੱਤਾ ਜਾਵੇ ਕਿ ਉਹ ਝੋਨੇ ਦੀ ਰਵਾਇਤੀ ਫਸਲ ਨਿਕਲ ਕੇ ਗੰਨੇ ਜਾਂ ਹੋਰ ਫਸਲਾਂ ਵੱਲ ਆਉਣ। ਅਤੇ ਉਹਨਾਂ ਨੇ ਇਹ ਵੀ ਕਿਹਾ ਕਿ MSP ਦਿੱਤੀ ਜਾਵੇ, MSP ਜਿਹੜੀ ਹੋਰ ਫਸਲਾਂ ਦੇ ਵਿੱਚ ਦਿੱਤੀ ਜਾਵੇ ਤਾਂ ਜੋ ਹੋਰ ਫਸਲਾਂ ਕਿਸਾਨ ਉਗਾਉਣ। ਅਸੀਂ ਇਹ ਗੌਰਮੈਂਟ ਨੂੰ ਅਪੀਲ ਕਰਦੇ ਹਾਂ ਔਰ ਗੌਰਮੈਂਟ 'ਤੇ ਧਿਆਨ 'ਚ ਲਿਆਵਾਂਗੇ ਕਿ ਜਿਹੜੀਆਂ ਆਉਣ ਵਾਲੇ ਜਿਹੜੀਆਂ ਕਿ MSP ਜਿਹੜੀ ਹੈ ਇਕੱਲੀ ਮੂੰਗੀ 'ਤੇ ਨਾ ਦਿੱਤੀ, ਬਾਕੀ ਛੋਲੇ ਵਗੈਰਾ ਸਾਫ ਅਤੇ ਮਸਰ ਹੋ ਗਏ ਉਹਨਾਂ 'ਤੇ ਦਿੱਤੀ ਜਾਵੇ ਤਾਂ ਕਿ ਲੋਕ ਕਿਸਾਨਾਂ ਦਾ ਰੁਝਾਨ ਉਹਦੇ ਵੱਲ ਹੋਵੇ। ਇਹਨਾਂ ਗੱਲਾਂ ਕਹਿੰਦਾ ਹੋਇਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ। ਮੈਂ ਪਰਮਜੀਤ ਸਿੰਘ ਮਹੇ, ਬਲਾਕ ਖੇਤੀਬਾੜੀ ਅਫਸਰ ਫਗਵਾੜਾ। ਅੱਜ ਅਸੀਂ ਪਿੰਡ ਪਲਾਹੀ ਫਗਵਾੜਾ ਬਲਾਕ ਦੇ ਵਿੱਚ ਪਹੁੰਚੇ ਹਾਂ, ਜਿੱਥੇ ਕਿ ਝੋਨੇ ਦੀ ਸਿੱਧੀ ਬਿਜਾਈ ਸੰਬੰਧੀ ਕੈਂਪ ਲਗਾਇਆ ਗਿਆ ਕਿਸਾਨਾਂ ਦਾ। ਪਿੰਡ ਪਲਾਹੀ ਜਿਹੜਾ ਹੈਗਾ ਆ ਇੱਕ ਮਾਡਲ ਪਿੰਡ ਵਜੋਂ ਜਾਣਿਆ ਜਾਂਦਾ ਆ। ਜਿਹੜੀ ਚੀਜ਼ ਮਾਡਲ ਪਿੰਡ ਦੇ ਵਿੱਚ ਪਲਾਹੀ ਪਿੰਡ ਦੇ ਵਿੱਚ ਹੋ ਜਾਵੇ ਅਤੇ ਸਾਨੂੰ ਇਹ ਹੁੰਦਾ ਕਿ ਉਹ ਸਾਰੇ ਇਲਾਕੇ ਦੇ ਵਿੱਚ ਫਿਰ ਫੈਲ ਜਾਂਦੀ ਹੈ। ਇਸ ਕਰਕੇ ਸਾਡੇ ਲਈ ਇਹ ਬਹੁਤ ਅਹਿਮ ਪਿੰਡ ਅਸੀਂ ਇਹਨੂੰ ਗਿਣਦੇ ਹਾਂ ਕਿ ਇੱਥੋਂ ਹੀ ਇੱਕ ਇਨੋਵੇਟਿਵ ਚੀਜ਼, ਨਵੀਂ ਚੀਜ਼ ਜਿਹੜੀ ਆ, ਕੋਈ ਵੀ ਤਕਨੀਕ ਹੈ ਇੱਥੋਂ ਸ਼ੁਰੂਆਤ ਹੁੰਦੀ ਹੈ। ਜਿੱਥੋਂ ਦੇ ਸਾਡੇ ਕਿਸਾਨ ਕੁਝ ਸਾਡੇ ਨਾਲ ਜੁੜੇ ਹੋਏ ਨੇ, ਉਹਨਾਂ ਦੇ ਨਾਲ ਸਾਡਾ ਰਾਬਤਾ ਕਾਇਮ ਹੈਗਾ ਆ। ਉਹ ਲਗਾਉਣ ਦੀ ਪਹਿਲ ਕਰਨਗੇ ਤਾਂ ਜੋ ਜਿਹੜਾ ਹੈਗਾ ਆ ਸਾਡਾ ਇਹ ਅਸੀਂ ਲੈ ਕੇ ਚੱਲੇ ਹਾਂ ਮਕਸਦ ਪਾਣੀ ਬਚਾਉਣ ਦਾ, ਵੀ 15 ਤੋਂ 20% ਪਾਣੀ ਜਿਹੜਾ ਸਿੱਧੀ ਬਿਜਾਈ ਝੋਨੇ ਦੀ ਕਰਕੇ ਬਚਾਇਆ ਜਾ ਸਕੇ। ਔਰ ਇਹ ਮੋਟਿਵ ਆ ਮੁੱਖ ਮੰਤਰੀ ਪੰਜਾਬ ਜੀ ਦਾ ਕਿ ਪਾਣੀ ਬਚਾਓ, ਪੰਜਾਬ ਬਚਾਓ। ਔਰ ਇਹਦੇ ਵਿੱਚ ਤਹਿਤ ਇਹ ਵੀ ਹੈ ਕਿ ਜੇ ਪਾਣੀ ਨਹੀਂ ਰਿਹਾ ਤਾਂ ਪੰਜਾਬ ਨਹੀਂ ਬਚਣਾ, ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਔਰ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਔਰ ਖੇਤੀ ਜਿਹੜੀ ਆ ਪਾਣੀ ਤੋਂ ਬਿਨਾਂ ਨਹੀਂ ਹੋ ਸਕਦੀ। ਇਸੇ ਕਰਕੇ ਉਹਨਾਂ ਨੇ ਇਹ ਲੋਗੋ ਸਾਨੂੰ ਦਿੱਤਾ ਹੈ ਕਿ ਤੁਸੀਂ ਵੱਧ ਤੋਂ ਵੱਧ ਪਿੰਡਾਂ ਵਿੱਚ ਜਾ ਕੇ ਫਗਵਾੜੇ ਦੇ ਸਾਰੇ ਪਿੰਡਾਂ ਵਿੱਚ ਕੈਂਪ ਲਗਾਏ ਜਾਣਗੇ ਜਾਂ ਸਾਰੇ ਪਿੰਡ ਇਹ ਸਾਰੇ ਪਿੰਡ ਕਵਰ ਇਹਦੇ ਵਿੱਚ ਕੀਤੇ ਜਾਣਗੇ। ਜਿੱਥੇ ਵੀ ਪਿੰਡ ਹੈ ਇਹਦੇ ਨਾਲ ਦੇ ਜਿਹੜੇ ਚਾਰ ਚਾਰ ਪੰਜ ਪੰਜ ਪਿੰਡਾਂ ਦਾ ਕਲੱਸਟਰ ਬਣਾ ਕੇ ਜਿਹੜਾ ਹੈਗਾ ਉਹਨਾਂ ਤੱਕ ਸੁਨੇਹਾ ਪਹੁੰਚਾਇਆ ਜਾਂਦਾ ਕਿ ਕਿਸਾਨ ਵੀਰ ਇਹਦੇ ਵਿੱਚ ਸ਼ਾਮਲ ਹੋਣ ਤਾਂ ਜੋ ਜਿਹੜਾ ਹੈਗਾ ਅਸੀਂ ਸਾਡਾ ਜਿਹੜਾ ਸੁਨੇਹਾ ਆ ਉਹ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ। ਇਸ ਕੈਂਪ ਦੇ ਪ੍ਰਤੀ ਕਿਸਾਨਾਂ ਵੱਲੋਂ ਤੁਹਾਨੂੰ ਕਿਹੋ ਜਿਹਾ ਹੁੰਗਾਰਾ ਮਿਲ ਰਿਹਾ ਜੀ? ਹੁੰਗਾਰਾ ਸਾਨੂੰ ਜਿਹੜਾ ਹੈਗਾ ਹਜੇ ਅੱਛਾ ਮਿਲ ਰਿਹਾ ਹੈਗਾ। ਸਾਨੂੰ ਉਮੀਦ ਹੈ ਕਿ ਹੋਰ ਵੀ ਅੱਛਾ ਹੁੰਗਾਰਾ ਜਦੋਂ ਇਹਦਾ ਟਾਈਮ ਆਊਗਾ, 20 ਮਈ ਤੋਂ ਆਪਾਂ ਲਾਉਣਾ ਸ਼ੁਰੂ ਕਰਨਾ ਹੈਗਾ ਆ, ਉਹਦੇ ਵਿੱਚ ਜ਼ਿਆਦਾ ਸਾਨੂੰ ਹੁੰਗਾਰਾ ਮਿਲਣ ਦੀ ਉਮੀਦ ਹੈ। ਇੱਕ ਨਿਗੂਣੀ ਰਕਮ ਆ 1500 ਰੁਪਇਆ, ਲੇਕਿਨ ਇਹ ਇੱਕ ਉਤਸ਼ਾਹਿਤ ਕਰਨ ਦਾ ਇੱਕ ਪੰਜਾਬ ਸਰਕਾਰ ਦਾ ਉਪਰਾਲਾ ਆ ਅਤੇ ਉਹਦੇ ਤਹਿਤ ਜਿਹੜਾ ਹੈਗਾ ਆ ਸਾਨੂੰ ਇਹ ਕੈਂਪ ਲਗਾਇਆ ਜਾ ਰਿਹਾ ਆ।
और सानू उम्मीद है कि इतों वध तो वध छड़ के साडा साथ देणगे, पंजाब सरकार का साथ देणगे, किसान भी। धन्यवाद। Subscribe now and press the bell icon. Never miss an update.